ਸਰੀ ਕੀ ਨਾਂ ਜੀ ਆਪਣਾ? ਮੇਰਾ ਦਵਿੰਦਰ ਸਿੰਘ ਹੈ ਜੀ। ਹਾਂਜੀ ਮੇਰਾ ਉਹਦਾ ਸਟੇਟ ਦੇ ਵਿੱਚ ਸਟੇਟ ਦੇ ਵਿੱਚ ਹੈ ਜੀ। ਸਾਡੀ ਸਾਰੀ ਸਟੇਟ ਕਮੇਟੀ ਆ ਅਤੇ ਸਾਡੇ ਮਤਲਬ ਸਾਡੀ ਯੂਨੀਅਨ ਦਾ ਨਾਂ ਹੈ EGSSTR ਸਿੱਖਿਆ ਪ੍ਰੋਵਾਈਡਰ ਆਈ ਵੀ ਯੂਨੀਅਨ ਟੀਚਰ ਯੂਨੀਅਨ ਪੰਜਾਬ। ਅੱਜ ਸਾਡੀ ਮੇਨ ਮੰਗ ਇਹ ਆ ਵੀ ਜਿਹੜੀ ਇਸ ਯੂਨੀਵਰਸਿਟੀ ਨੇ ਸਾਡਾ 90% ਰਿਜ਼ਲਟ ਰੋਕਿਆ ਹੋਇਆ ਹੈ, ਉਸ ਮਤਲਬ ਆਉਣ ਉਸ ਜਿਹੜਾ ਰਿਜ਼ਲਟ ਸਾਡਾ ਰੋਕਿਆ ਉਹ ਰਿਜ਼ਲਟ ਆਉਣ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੁਆਰਾ ਮਾਣਯੋਗ ਸਿੱਖਿਆ ਮੰਤਰੀ ਅਤੇ ਮਾਣਯੋਗ ਸਿੱਖਿਆ ਸਕੱਤਰ ਦੁਆਰਾ ਸਾਡੀਆਂ 8893 ਇੱਕ ਅਤੇ 4500 ਪੋਸਟਾਂ ਹੋਰ ਸਰਕਾਰ ਦੁਆਰਾ ਕੱਢੀਆਂ ਜਾ ਰਹੀਆਂ ਨੇ, ਉਹਨਾਂ ਪੋਸਟਾਂ ਦੇ ਵਿੱਚ ਸਾਨੂੰ ਅਪਲਾਈ ਕਰਨ ਤੋਂ ਇਹ ਯੂਨੀਵਰਸਿਟੀ ਰੋਕ ਰਹੀ ਹੈ। ਅਤੇ ਸਾਡੇ ਤੋਂ ਆਏ ਦਿਨ ਜਿਹੜੇ ਸਾਡੇ ਕੈਂਡੀਡੇਟ ਨੂੰ ਉਹਨਾਂ ਨੂੰ ਕਿਸੇ ਨੂੰ ਮਤਲਬ ਕਿਸੇ ਤਰ੍ਹਾਂ ਦੇ ਕੋਈ ਮੈਸੇਜ ਆ ਰਹੇ ਨੇ, ਕਿਸੇ ਨੂੰ ਕੋਈ ਤਰ੍ਹਾਂ ਦੇ ਮਤਲਬ ਫੇਲ ਦੇ ਮੈਸੇਜ ਆ ਰਹੇ ਨੇ। ਉੱਪਰੋਂ ਇਹਨਾਂ ਦੀ ਇੱਕ ਮੈਡਮ ਆ ਰੇਖਾ ਸ਼ਰਮਾ ਜਿਹੜੀ ਦਿੱਲੀ ਦੇ ਵਿੱਚ ਬੈਠੀ, ਉਹ ਲਾਈਵ ਪ੍ਰੋਗਰਾਮ ਦੇ ਵਿੱਚ ਬੋਲਦੇ, ਜਿੰਦਾ ਮੈਂ ਤੁਹਾਨੂੰ ਪੈਨ ਡਰਾਈਵ ਦੇਣ ਵਿੱਚ ਆ ਰਿਹਾ, ਜਿਹੜੇ ਕਹਿ ਰਹੇ ਨੇ ਕਿ ਜੇ ਰਿਜ਼ਲਟ ਆਜੂਗਾ ਤਾਂ ਤੁਸੀਂ ਪਾਸ ਜੇ ਨਹੀਂ ਆਉਂਦਾ ਤਾਂ ਫੇਲ। ਮੈਂ ਉਹਨਾਂ ਨੂੰ ਮੈਡਮ ਨੂੰ ਇਹ ਕੁਐਸਚਨ ਕਰਨਾ ਚਾਹੁੰਦਾ ਵੀ ਅੱਜ ਤੱਕ ਦੁਨੀਆ ਦਾ ਇਹੋ ਜਿਹਾ ਕਿਹੜਾ ਕੋਈ ਕੋਰਸ ਬਣਿਆ ਜਿਹਦੇ ਵਿੱਚ ਵੀ ਤੁਹਾਡਾ ਰਿਜ਼ਲਟ ਆ ਗਿਆ ਤੁਸੀਂ ਪਾਸ ਨਹੀਂ ਪਾਇਆ ਤਾਂ ਤੁਸੀਂ ਫੇਲ। ਕਾਰਨ ਕੀ ਹੈ? ਸਾਡੇ ਜਿਹੜੇ ਲੋਕਾਂ ਨੂੰ ਇਹਨਾਂ ਨੇ ਕੀ ਕੀਤਾ, ਰਿਜ਼ਲਟ ਰੋਕਿਆ ਹੈ 12000 ਦੇ ਕਰੀਬ ਰੋਕਿਆ, ਜਿਹਦੀ 600 ਰੁਪਇਆ ਫੀਸ ਆ ਅਤੇ 1.5-2 ਕਰੋੜ ਰੁਪਇਆ ਇਕੱਠਾ ਕਰ ਰਹੀ ਹੈ ਇੱਥੋਂ ਦੀ ਮਤਲਬ ਜਿਹੜੀ ਯੂਨੀਵਰਸਿਟੀ ਹੈ। ਅਤੇ ਇਹ ਜਿਹੜੇ ਇੱਥੋਂ ਦਾ ਓਰੀਜਨਲ ਸੈਂਟਰ ਹੈ, ਇਹਨਾਂ ਦੁਆਰਾ ਵੀ ਕਿਸੇ ਮਤਲਬ ਵੀ ਅਧਿਆਪਕ ਨਾਲ ਸਹੀ ਵਤੀਰਾ ਨਹੀਂ ਕੀਤਾ ਜਾਂਦਾ, ਆਏ ਦਿਨ ਗਲਤ ਗੁੰਮਰਾਹ ਕੀਤਾ ਜਾਂਦਾ ਹੈ। ਅੱਛਾ ਜੀ, ਇੱਥੇ ਦੇ ਜਿਹੜੇ ਤੁਹਾਡੇ ਜ਼ਿੰਮੇਵਾਰ ਬੰਦੇ ਉਹਨਾਂ ਨਾਲ ਗੱਲ ਕੀਤੀ ਹੈ ਜੀ? ਤੁਹਾਡੇ ਇੱਥੋਂ ਦੇ ਗੱਲਬਾਤ ਹੋਈ ਹੈ? ਕੱਲ੍ਹ ਦੀਆਂ ਜਿਹੜੇ ਪ੍ਰਸ਼ਾਸਨ ਨੇ ਧਮਕੀਆਂ ਦੇ ਰਿਹਾ ਵੀ ਅਸੀਂ ਪਰਚੇ ਦੇਵਾਂਗੇ, ਅਸੀਂ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦੇ ਤੁਸੀਂ ਜਿਹੜੇ ਪਰਚੇ ਦੇਣੇ ਦੇ ਲਓ, ਕਿਉਂਕਿ ਅਸੀਂ ਬੇਰੁਜ਼ਗਾਰ ਅਧਿਆਪਕਾਂ, ਕਿਉਂਕਿ ਸਰਕਾਰ ਚਾਹੇ ਸਾਨੂੰ ਸੈਲਰੀ ਦੇ ਰਹੀ ਹੈ ਬਹੁਤ ਨਾਮ ਮਾਤਰ ਦੇ ਰਹੀ, ਅਸੀਂ ਬੇਰੁਜ਼ਗਾਰੀ ਸਮਝਾਂਗੇ ਆਪਦੇ ਆਪ ਨੂੰ ਵੀ ਜਿਹੜਾ ਇਹ ਪ੍ਰਸ਼ਾਸਨ ਪਰਚਾ ਦੇਣਾ ਚਾਹੁੰਦਾ ਦੇ ਲੇ। ਅਤੇ ਸਾਡੀ ਮੰਗ ਇਹ ਆ ਵੀ ਸਾਡੇ ਸਾਰੇ ਅਧਿਆਪਕਾਂ ਦਾ ਜਿਹੜਾ ਰਿਜ਼ਲਟ ਇਹਨਾਂ ਨੇ 90% ਰਿਜ਼ਲਟ ਪਿਛਲੇ 6 ਮਹੀਨੇ ਤੋਂ ਰੁਕਿਆ, ਉਹਨੂੰ ਅੱਜ ਹੀ ਤੁਰੰਤ ਜਾਰੀ ਕੀਤਾ ਜਾਵੇ। ਜੇ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਅਸੀਂ ਦਿੱਲੀ ਹਾਈਵੇ ਬੰਦ ਕਰਾਂਗੇ, ਜਿਹਦਾ ਜ਼ਿੰਮੇਵਾਰ ਇਸ ਦਾ SSP ਅਤੇ ਇੱਥੋਂ ਦੀ ਜਿਹੜੀ ਮੈਡਮ ਹੈਗੀ ਉਹ ਹੋਣਗੇ। ਤੁਹਾਡਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਜੀ, ਅਗਲਾ ਕੀ ਤੁਹਾਡਾ ਪ੍ਰੋਗਰਾਮ ਹੈ ਜੀ? ਅਗਲਾ ਸਾਡਾ ਪ੍ਰੋਗਰਾਮ ਇਹ ਆ ਵੀ ਅਸੀਂ ਪਹਿਲਾਂ ਪੀਸਫੁਲੀ ਇੱਕ ਵਾਰੀ ਪਿਆਰ ਨਾਲ ਇਹਨਾਂ ਨਾਲ ਗੱਲ ਕਰਾਂਗੇ, ਜਿਹੜੀਆਂ ਸਾਡੀਆਂ ਡਿਮਾਂਡਸ ਨੇ ਜੇਕਰ ਡਿਮਾਂਡ ਸਾਡੀਆਂ ਪੂਰੀਆਂ ਨਹੀਂ ਕਰਦੇ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਨੈਸ਼ਨਲ ਹਾਈਵੇ ਉਹ ਬਲੌਕ ਕੀਤਾ ਜਾਊਗਾ। ਤੁਹਾਡੇ ਨਾਲ ਕਿਸੇ ਨਾਲ ਗੱਲ ਕੀਤੀ ਹੈ ਜੀ? ਹੁਣ ਆ ਕੇ ਅਜੇ ਤੁਹਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ, ਅਗਲੇ ਨੈਕਸਟ ਇਹਨਾਂ ਨੂੰ 15 ਮਿੰਟ ਦੇਣੇ, ਅਸੀਂ ਵੇਖਦੇ ਹਾਂ ਜੇ ਗੱਲਬਾਤ ਕਰਦਾ ਹੈ। ਬਾਕੀ ਸਾਡੇ ਅਜੇ ਸਾਥੀ ਆਏ ਨਹੀਂ, ਅਜੇ ਤਾਂ ਸਾਡੇ ਸਿਰ ਵੱਧ ਤੋਂ ਵੱਧ ਕਹਿ ਸਕਦੇ 50% ਲੋਕ ਆਏ ਨੇ, ਅਜੇ ਤਾਂ ਇਹਦੇ 100% ਗਿਣਤੀ ਹੁੰਦੇ ਹੋਣੇ, ਘੱਟ ਤੋਂ ਘੱਟ 4000 ਤੋਂ ਪਲੱਸ ਇੱਥੇ ਗਿਣਤੀ ਪਹੁੰਚੂਗੀ। ਅਜੇ ਸਾਰਿਆਂ ਦੀ ਅਸੀਂ ਵੇਟ ਕਰ ਰਹੇ ਹਾਂ, ਵੇਟ ਕਰਕੇ ਉਸ ਤੋਂ ਬਾਅਦ ਹੀ ਅਸੀਂ ਅਗਲਾ ਐਕਸ਼ਨ ਉਲੀਕਾਂਗੇ। ਇਹ ਹੁਣ ਸਵੇਰ ਦਾ ਟਾਈਮ ਹੈ, ਸ਼ਾਮ ਤੱਕ ਕਿੰਨੀ ਦੇਰ ਤੱਕ ਧਰਨਾ? ਇਹ ਜੀ ਬਿਲਕੁਲ, ਜੇ ਰਿਜ਼ਲਟ ਨਹੀਂ ਜਾਰੀ ਕਰਦੇ ਤਾਂ ਇੱਥੇ ਅਣਮਿੱਥੇ ਸਮੇਂ ਵਾਸਤੇ ਵੀ ਧਰਨਾ ਲੱਗ ਸਕਦਾ। ਇੱਥੇ ਇਹਨਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਰੱਖਾਂਗੇ, ਅੰਦਰ ਹੋਣਗੇ ਤਾਂ ਅਸੀਂ ਬਾਹਰ ਬੈਠਾਂਗੇ ਅਤੇ ਇਹਨਾਂ ਨੂੰ ਪੁੱਛਿਆ ਜਾਊਗਾ ਵੀ ਜਦੋਂ ਕਿਸੇ ਦੇ ਮੂੰਹ ਦੇ ਵਿੱਚ ਰੋਟੀ ਖੋਈ ਜਾਂਦੀ ਤਾਂ ਕੀ ਪੀੜ ਹੁੰਦੀ ਹੈ। ਹਾਂਜੀ, ਕੀ ਨਾਂ ਹੈ ਜੀ ਆਪਣਾ? ਮੇਰਾ ਨਾਮ ਵੀਰਪਾਲ ਸਿੰਘ ਹੈ ਜੀ। ਅੱਛਾ ਜੀ, ਕੀ ਮੰਗਾ ਹੈ ਔਰ ਕੀ ਅਹੁਦਾ ਤੁਹਾਡੇ ਕੋਲ? ਮੈਂ ਜੀ ਜ਼ਿਲ੍ਹਾ ਪ੍ਰਧਾਨ ਹਾਂ ਜੀ EGSSTR ਯੂਨੀਅਨ ਪੰਜਾਬ ਤੋਂ ਜੀ। ਹਾਂਜੀ, ਮੰਗਾਂ ਸਾਡੀਆਂ ਇਹ ਨੇ ਜੀ, ਅਸੀਂ ਕੋਰਸ ਕਰ ਰਹੇ ਹਾਂ ਜੀ ਇਗਨੋ ਯੂਨੀਵਰਸਿਟੀ ਤੋਂ DEC ਦਾ। ਹਾਂਜੀ, ਅਤੇ ਪੰਜਾਬ ਗੌਰਮੈਂਟ ਨੇ ਸਾਨੂੰ ਇਹ ਕੋਰਸ ਕਰਨ ਲਈ ਕਿਹਾ ਸੀ, ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪਹਿਲਾਂ ਤੋਂ ਹੀ ਪੜ੍ਹਾ ਰਹੇ ਹਾਂ। ਉਸ ਦੇ ਤਹਿਤ ਪ੍ਰੀ ਪ੍ਰਾਇਮਰੀ ਦੀਆਂ 8893 ਪੋਸਟਾਂ ਜੋ ਸਾਡੇ ਲਈ ਨਿਕਲੀਆਂ ਨੇ, ਪਰ ਉਹਦੀ ਲਾਸਟ ਡੇਟ ਆ ਜਿਹੜੀ ਉਹ 20 ਦਸੰਬਰ ਅਪਲਾਈ ਕਰਨ ਦੀ, ਪਰ ਯੂਨੀਵਰਸਿਟੀ ਨੇ ਹਜੇ ਤੱਕ ਸਾਡਾ ਕੋਈ ਰਿਜ਼ਲਟ ਨਹੀਂ ਡਿਕਲੇਅਰ ਕੀਤਾ ਹੈਗਾ ਜੀ। 90% ਲੋਕਾਂ ਦਾ ਸਾਡਾ ਹਜੇ ਰਿਜ਼ਲਟ ਨਹੀਂ ਆਇਆ ਹੈਗਾ, ਜਿਹੜੀ ਪੋਸਟਾਂ ਦੀ ਡੇਟ ਆ ਉਹ ਸਾਡੀ ਲੰਘ ਜਾਣੀ ਆ। ਸਾਨੂੰ ਪਹਿਲਾਂ ਹੀ 12-12, 14-14 ਸਾਲ ਸਕੂਲਾਂ 'ਚ ਕੰਮ ਕਰਦਿਆਂ ਨੂੰ ਹੋ ਗਏ 12-14 ਸਾਲ ਬਾਅਦ ਗੌਰਮੈਂਟ ਨੇ ਸਾਡਾ ਕੰਮ ਕੀਤਾ ਹੈ ਅਤੇ ਯੂਨੀਵਰਸਿਟੀ ਸਾਡਾ ਕੰਮ ਰੋਕ ਰਹੀ ਹੈ। ਜੇ ਰਿਜ਼ਲਟ ਨਹੀਂ ਆਊਗਾ ਤਾਂ ਅਸੀਂ ਅਪਲਾਈ ਨਹੀਂ ਕਰਾਂਗੇ। ਇਹ ਮਤਲਬ ਤਾਂ ਅਸੀਂ ਅੱਜ ਇੱਥੇ ਖੰਨਾ ਰੀਜਨਲ ਸੈਂਟਰ ਨੂੰ ਘੇਰਿਆ ਇਗਨੋ ਨੂੰ। ਤੁਹਾਨੂੰ ਹੁਣ ਕੀ ਕਿਸੇ ਨਾਲ ਗੱਲ ਹੋਈ ਤੁਹਾਡੀ? ਮੈਡਮ ਨਾਲ ਗੱਲਬਾਤ ਜਾਰੀ ਆ ਜੀ, ਹਜੇ ਉਹ ਕਹਿੰਦੇ ਵੀ ਅਸੀਂ ਦਿੱਲੀ ਗੱਲ ਕਰਨੀ ਆ, ਉਹ ਦਿੱਲੀ ਗੱਲ ਕਰਨਗੇ ਜੀ, ਅਤੇ ਉਹ ਕਹਿੰਦੇ ਵੀ ਦਿੱਲੀ ਦੇ ਹੱਥ ਆ, ਹੈੱਡਕੁਆਟਰ ਦੇ ਹੱਥ ਆ, ਪਰ ਅਸੀਂ ਕਹਿੰਦੇ ਹਾਂ ਵੀ ਸਾਡਾ ਰਿਜ਼ਲਟ ਆ, ਅਸੀਂ ਫੀਸਾਂ ਉਰੇ ਭਰੀਆਂ, ਠੀਕ ਹੈ ਜੀ, ਕਰੋੜਾਂ ਰੁਪਈਆ ਅਸੀਂ ਫੀਸਾਂ ਦਾ ਉਰੇ ਭਰਤਾ, 14-15 ਹਜ਼ਾਰ ਬੰਦੇ ਨੇ, ਅਤੇ ਅਸੀਂ ਤਾਂ ਰਿਜ਼ਲਟ ਇਹਨਾਂ ਦਾ। ਕਿੰਨੀ ਕਿੰਨੀ ਫੀਸ ਪੈਂਦੀ ਹੈ ਜੀ ਇੱਕ ਇੱਕ ਜਣੇ ਨੂੰ? ਕਿੰਨਾ ਫੀਸ ਭਰੀ ਹੈ ਤੁਹਾਡੇ, ਕਿੰਨੇ ਬੰਦੇ ਦਾ ਫੀਸ? ਇੱਕ ਜਣੇ ਨੇ 35-3500, 4-4 ਹਜ਼ਾਰ ਰੁਪਈਆ ਭਰਿਆ ਜੀ, ਅਤੇ 16 ਹਜ਼ਾਰ ਬੰਦਾ ਘੱਟੋ ਘੱਟ। ਅੱਛਾ ਜੀ, ਹਾਂਜੀ। ਅੱਛਾ, ਇਹ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਜੀ? ਇਹ ਪੰਜਾਬ ਦੇ ਵੱਖੋ ਵੱਖਰੇ ਜ਼ਿਲ੍ਹਿਆਂ ਚੋਂ ਆਏ ਨੇ ਜੀ, ਜਲੰਧਰ ਤੋਂ ਆਏ ਨੇ, ਅੰਮ੍ਰਿਤਸਰ ਤੋਂ ਆਏ ਨੇ, ਗੁਰਦਾਸਪੁਰ ਤੋਂ ਆਏ ਨੇ, ਤਰਨ ਤਾਰਨ ਤੋਂ ਆਏ ਨੇ, ਮੁਕਤਸਰ ਸਾਹਿਬ ਤੋਂ ਆਏ ਨੇ, ਫਰੀਦਕੋਟ ਤੋਂ ਆਏ ਨੇ ਜੀ, ਲੁਧਿਆਣੇ ਤੋਂ ਆਏ ਨੇ। ਅੱਛਾ ਜੀ, ਹਾਂਜੀ। ਅਗਰ ਤੁਹਾਡੀ ਮੰਗਾਂ ਵੱਲ ਤੁਹਾਡਾ ਧਿਆਨ ਦਿੱਤਾ ਤਾਂ ਉਹਦੇ ਬਾਅਦ ਅਗਲਾ ਕੀ ਪ੍ਰੋਗਰਾਮ ਹੈ ਤੁਹਾਡੇ? ਜਿਹੜਾ ਅਗਲਾ ਪ੍ਰੋਗਰਾਮ ਆ ਜੀ, ਉਹ ਸਟੇਟ ਪ੍ਰਧਾਨ ਜਿਵੇਂ ਕਹਿਣਗੇ, ਸਟੇਟ ਕਮੇਟੀ ਕਹੂੰਗੀ ਉਹਦੇ ਅਨੁਸਾਰ ਹੋਊਗਾ ਜੀ। ਤੁਹਾਡੇ ਸਟੇਟ ਪ੍ਰਧਾਨ ਆਏ ਜੀ? ਹਾਂਜੀ ਬਿਲਕੁਲ ਆਏ ਨੇ ਜੀ। ਅੱਛਾ, ਠੀਕ ਹੈ, ਹਾਂਜੀ।
ਵੈਲਿਊਏਸ਼ਨ ਹੋ ਕੇ ਫਿਰ ਹੀ ਅਪਲੋਡ ਹੋਊਗਾ। ਹੁਣ ਜਿਨ੍ਹਾਂ ਕੋਲ ਲੇਟ ਗਈਆਂ ਆ ਵੈਲਿਊਏਸ਼ਨ ਸ਼ੀਟਾਂ ਉਹਨਾਂ ਨੇ ਲੇਟ ਹੀ ਉਹਨਾਂ ਦਾ ਦੇਣਾ ਹੈ ਰਿਜ਼ਲਟ, ਠੀਕ ਹੈ। ਹੁਣ ਇੱਥੋਂ ਜਦੋਂ ਆਂਸਰ ਸ਼ੀਟਾਂ ਮੰਨ ਲਓ ਨੈਸ਼ਨਲ ਲੈਵਲ 'ਤੇ ਜਾਂਦੀਆਂ ਜਾਂ ਪੋਸਟਲ ਡਿਲੇਅ ਸਾਰਾ ਕੁਛ ਚੀਜ਼ਾਂ ਆ ਨਾ, ਉਹਦੇ ਵਿੱਚ ਟਾਈਮ ਹਰ ਇੱਕ ਚੀਜ਼ 'ਚ ਲੱਗਦਾ ਆ। ਇੰਨੇ ਸਾਲਾਂ ਤੋਂ ਸਾਡੇ ਇੱਦਾਂ ਦੇ ਸਟੂਡੈਂਟਸ ਆ ਸਾਰੇ ਆ ਇੱਥੋਂ ਵੱਡੀਆਂ ਵੱਡੀਆਂ ਪੋਸਟਾਂ 'ਤੇ ਗਏ ਆ ਪੜ੍ਹ ਕੇ, ਅੱਜ ਤੱਕ ਇੱਦਾਂ ਦਾ ਕਿਸੇ ਨੇ ਕੁਛ ਨਹੀਂ ਆ ਕਿਹਾ ਹੈਗਾ, ਠੀਕ ਹੈ।